ਇਹ ਗੱਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮਸ਼ਹੂਰ ਕਲਾਕਾਰ ਜੀ ਖਾਨ ਬਾਰੇ ਆਈ ਮਾੜੀ ਖਬਰ ਫਸਿਆ ਕਸੂਤਾ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਦੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਪੰਜਾਬੀ ਗਾਇਕ ਜੀ ਖਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਹਨੀ ਬੇਦੀ ਦੇ ਖਿਲਾਫ ਆਈਪੀਐਸ ਦੀ ਧਾਰਾ 295ਏ ਦੇ ਤਹਿਤ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਤਹਿਤ ਮੁਕਦਮਾ ਦਰਜ ਕੀਤਾ ਕਾਬਲੇ ਗੌਰ ਹੈ ਕਿ ਪੰਜਾਬੀ ਗਾਇਕ ਜੀ ਖਾਨ ਨੇ ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿੱਚ ਚੱਲ ਰਹੇ ਗਣਪਤੀ ਮਹਾ ਉਤਸਵ ਵਿੱਚ ਇਤਰਾਜ ਜੋ ਗਾਣੇ ਗਾਏ ਸਨ ਜਿਸ ਤੋਂ ਬਾਅਦ ਇਹ ਮਾਮਲਾ ਪੱਖਿਆਸ ਦੇ ਸਬੰਧਿਤ ਸ਼ਿਵਸ਼ਾਣਾ ਪੰਜਾਬ ਤੇ ਆਗੂ ਅਮਿਤ ਅਰੋੜਾ ਨੇ ਥਾਣਾ ਡਿਵੀਜ਼ਨ ਨੰਬਰ 2 ਵਿੱਚ ਜੀ ਖਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਹਨੀ ਬੇਦੀ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਕੁਝ ਹੀ ਸਮੇਂ ਦੇ ਵਿੱਚ ਇਸ ਮਾਮਲੇ ਨੇ ਤੂਲ ਫੜ ਲਈ ਤੇ ਹਿੰਦੂ ਸੰਗਠਨ ਇਕੱਠੇ ਹੋਣ ਲੱਗ ਪਏ ਅਮਨ ਅਰੂੜਾ ਤੇ ਹੋਰਾਂ ਨੇ ਤਰਾਜ ਜਤਾਉਂਦੇ ਆਖਿਆ ਕਿ ਜੀ ਖਾਨ ਦੀ ਇਸ ਕਾਰਵਾਈ ਦੇ ਨਾਲ ਉਹਨਾਂ ਦੀਆਂ ਧਾਰਮਿਕ ਪਾਵਨਾਵਾਂ ਨੂੰ ਫੇਸ ਪਹੁੰਚੀ ਹੈ ਜੇਕਰ ਪੁਲਿਸ ਨੇ ਜੀ ਖਾਨ ਤੇ ਹਾਣੀ 베ਦੀ ਦੇ ਖਿਲਾਫ ਮਾਮਲਾ ਦਰਜ ਨਹੀਂ ਕਰਦੀ ਤਾਂ ਉਹ ਬਹੁਤ ਵੱਡਾ ਸੰਘਰਸ਼ ਕਰਨਗੇ ਤੇ ਇਸੇ ਦੌਰਾਨ ਜੀ ਖਾਨ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮਾਫੀ ਵੀ ਮੰਗ ਲਈ ਆ ਤੇ ਜੀ ਖਾਨ ਦੇ ਸਮਰਥ ਵਿੱਚ ਪੰਜਾਬੀ ਗਾਇਕ ਨਿੰਜਾ ਵੀ ਲਾਈਵ ਹੋਏ ਨੇ ਤੇ ਇਧਰੋਂ Hindu ਸੰਗਠਨ ਲਗਾਤਾਰ ਮਾਮਲਾ ਦਰਦ ਕਰਵਾਉਣ ਦੀ ਗੱਲ ਆਖ ਰਹੇ ਨੇ ਸੋ ਜ਼ਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਵੱਡੀ ਵੀਡੀਓ ਚੈੱਕ ਕਰੋ ਧੰਨਵਾਦ